ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਚ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਜਿੱਦੇ ਵਿੱਚ ਆਇਦਿਨੀ ਕੋਈ ਨਾ ਕੋਈ ਅਜਿਹਾ ਕੋਤਕ ਵਾਪਰਦਾ ਹੀ ਰਹਿੰਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰਦਾ ਹੈ ਅਤੇ ਉੱਥੇ ਹੀ ਕਈ ਕੋਤਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਵਿਸ਼ਵਾਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਪਰ ਸ਼ਿਰਦਾਰ ਬਾਸਬ ਜੀ ਦੇ ਵਿੱਚ ਅਕਸਰ ਹੀ ਅਜਿਹੇ ਚਮਤਕਾਰ ਹੁੰਦੇ ਹੀ ਰਹਿੰਦੇ ਹਨ ਦਰਅਸਲ ਇੱਕ ਹੋਰ ਚਮਤਕਾਰ ਜੋ ਕਿ ਸ਼ਿਰਦਾਰ ਬਾਸਬ ਜੀ ਦੇ ਸਰੋਵਰ ਦੇ ਵਿੱਚ ਵਾਪਰਿਆ ਹੈ ਅੱਜ ਅਸੀਂ ਤੁਹਾਡੇ ਨਾਲ ਉਸ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਸ਼ੇਰ ਦਰਬਾਰ ਸਾਹਿਬ ਸਰੋਵਰ ਵਿੱਚ ਮੱਛੀ ਨੇ ਦਿੱਤਾ ਇੱਕ ਬੱਚੇ ਨੂੰ ਜਨਮ ਸਰੋਵਰ ਦੇ ਵਿੱਚ ਇੱਕ ਕਿਨਾਰੇ ਤੇ ਨਵ ਜਨਮਾ ਬੱਚਾ ਮਿਲਿਆ ਹੈ ਬੱਚਾ ਆਪਣੇ ਵਿੱਚ ਵੀ ਜੀਪਤ ਰਹਿ ਰਿਹਾ ਹੈ ਅਤੇ ਉਹ ਦਰਬਾਰ ਸਾਹਿਬ ਸਰੋਵਰ ਵਿੱਚ ਕਾਫੀ ਟਾਈਮ ਬੱਚਾ ਪਿਆ ਰਿਹਾ ਪਰ ਉਸ ਨੂੰ ਕੁਝ ਵੀ ਨਹੀਂ ਹੋਇਆ ਤਾਂ ਬੱਚਾ ਨੋਰਮਲ ਦੀ ਤਰ੍ਹਾਂ ਸਾਲ ਲੈ ਰਿਹਾ ਸੀ ਇਹ ਦੇਖ ਕੇ ਲਾਗੇ ਦੇ ਲੋਕ ਬਹੁਤ ਹੈਰਾਨ ਸਨ ਸਾਰੇ ਲੋਕਾਂ ਦਾ ਕਹਿਣਾ ਇਹ ਹੈ ਕਿ ਇਹ ਬੱਚਾ ਕਿਸੇ ਮੱਛੀ ਦਾ ਹੈ ਪਰ ਇਸ ਵਿੱਚ ਕੀ ਸੱਚ ਹੈ ਕੀ ਝੂਠ ਹੈ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੇਕਰ ਇਹ ਬੱਚਾ ਕਿਸੇ ਆਮ ਇਨਸਾਨ ਦਾ ਹੁੰਦਾ ਹੈ ਤਾਂ ਉਹ ਬੱਚਾ ਪਾਣੀ ਦੇ ਵਿੱਚ ਸਾਹ ਨਹੀਂ ਲੈ ਪਾਵੇਗਾ ਜੇਕਰ ਇਸੇ ਕਹੀਏ ਕਿ ਉਸ ਨੂੰ ਕਿਸੇ ਨੇ ਉਸ ਸੁਰਵਰ ਦੇ ਵਿੱਚ ਛੱਡ ਦਿੱਤਾ ਹੈ ਅਤੇ ਉਹ ਆਪ ਚਲੇ ਗਏ ਹਨ ਤਾਂ ਇਸ ਦੇ ਬਾਰੇ ਵਿੱਚ ਵੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਹੈ ਹੁਣ ਇਹ ਘਟਨਾ ਵਾਪਰਨ ਤੋਂ ਬਾਅਦ ਪੂਰੀ ਜਾਂਚ ਬੀੜ ਕੀਤੀ ਜਾਵੇਗੀ ਅਤੇ ਸੀਸੀਟੀਵੀ ਕੈਮਰਸ ਦੇ ਦੁਆਰਾ ਇਸ ਗੱਲ ਦੀ ਪੂਰੀ ਸਚਾਈ ਦੇ ਵੱਲ ਜਾਇਆ ਜਾਏਗਾ ਅਤੇ ਇਸ ਪੂਰੇ ਮਾਮਲੇ ਦੇ ਤੈ ਤੱਕ ਪਹੁੰਚਿਆ ਜਾਵੇਗਾ ਕਿ ਇਹ ਬੱਚਾ ਕਿੱਥੋਂ ਆਇਆ ਹੈ ਅਤੇ ਕਿਵੇਂ ਇਹ ਬੱਚਾ ਪਾਣੀ ਵਿੱਚ ਵੀ ਬਿਲਕੁਲ ਨਾਰਮਲ ਬੱਚਿਆਂ ਦੀ ਤਰ੍ਹਾਂ ਪਿਆ ਹੈ ਅਤੇ ਉਸੇ ਤਰ੍ਹਾਂ ਹੀ ਉਹ ਸਾਹ ਵੀ ਲੈ ਰਿਹਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਪਰ ਇਸ ਘਟਨਾ ਨੇ ਸਾਰੇ ਹੀ ਸੰਗਤ ਨੂੰ ਅਤੇ ਗੁਰਦੁਆਰਾ ਨਿਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਜਿਸ ਤਰ੍ਹਾਂ ਇਹ ਘਟਨਾ ਸਰੋਵਰ ਦੇ ਵਿੱਚ ਵਾਪਰੀ ਹੈ ਕਿਸੇ ਨੂੰ ਇਹੀ ਲੱਗ ਰਿਹਾ ਹੈ ਕਿ ਕਿਸੇ ਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਸਰੋਵਰ ਦੇ ਵਿੱਚ ਛੱਡ ਦਿੱਤਾ ਹੈ ਅਤੇ ਉਹ ਆਪ ਇੱਥੋਂ ਚਲੇ ਗਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਜਦੇ ਵਿੱਚ ਇੱਕ ਬੱਚੀ ਦੇ ਨਾਲ ਅਜਿਹੀ ਘਟਨਾ ਹੀ ਵਾਪਰੀ ਹੈ ਪਰ ਉਹ ਬੱਚੀ ਦੇ ਵਿੱਚ ਇਹ ਫਰਕ ਹੈ ਕਿ ਉਹ ਬੱਚੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਪਰ ਇਹ ਬੱਚਾ ਬਿਲਕੁਲ ਤੰਦਰੁਸਤ ਹੈ ਅਤੇ ਸਾਹ ਲੈ ਰਿਹਾ ਹੈ ਪਰ ਜਦੋਂ ਤੱਕ ਪੂਰੀ ਸੱਚਾਈ ਦੇ ਬਾਰੇ ਵਿੱਚ ਨਹੀਂ ਪਤਾ ਲੱਗਦਾ ਕੋਈ ਵੀ ਇਸਤੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦਾ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ